ਭਾਰਤ ਦੇ ਵਿੱਚ ਮੁੜ ਤੋਂ ਚੋਣਾਂ ਹੋਣ ਜਾ ਰਹੀਆਂ ਨੇ। ਜੀ ਹਾਂ, ਜ਼ਿਮਨੀ ਚੋਣਾਂ ਦਾ ਐਲਾਨ ਹੋ ਗਿਆ ਹੈ। ਪੰਜਾਬ ਸਮੇਤ 7 ਸੂਬੇ ਅਜਿਹੇ ਨੇ ਜਿੱਥੇ ਜ਼ਿਮਨੀ ਚੋਣ ਐਲਾਨ ਦਿੱਤੀ ਗਈ ਹੈ। ਜ਼ਿਮਨੀ ਚੋਣਾਂ ਹੋਣਗੀਆਂ 10 ਜੁਲਾਈ ਨੂੰ ਜ਼ਿਮਨੀ ਚੋਣ ਹੋਏਗੀ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਦੀ, ਜਿੱਥੇ ਜਲੰਧਰ ਪੱਛਮੀ ਸੀਟ 'ਤੇ ਵਿਧਾਇਕ ਸ਼ੀਤਲ ਅੰਗਰਾਲ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ। ਤਾਂ ਹੁਣ ਇਸ ਅਹੁਦੇ 'ਤੇ ਇਸ ਸੀਟ ਦੇ ਲਈ ਮੁੜ ਤੋਂ ਜ਼ਿਮਨੀ ਚੋਣ ਹੋਵੇਗੀ। ਤਾਂ ਸਭ ਤੋਂ ਪਹਿਲਾਂ ਬਿਹਾਰ ਦੀ ਵੀ ਗੱਲ ਕਰ ਲੈਂਦੇ ਹਾਂ, ਜਿੱਥੇ ਰੁਪੌਲੀ ਵਿਧਾਨ ਸਭਾ ਸੀਟ ਖਾਲੀ ਸੀ, ਵਿਧਾਇਕ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਬੀਮਾ ਭਾਰਤੀ। ਤਾਂ ਉਸ ਤੋਂ ਬਾਅਦ ਹੁਣ ਬਿਹਾਰ ਦੀ ਰੁਪੌਲੀ ਵਿਧਾਨ ਸਭਾ ਸੀਟ ਦੇ ਉੱਤੇ ਵੀ ਮੁੜ ਤੋਂ ਜ਼ਿਮਨੀ ਚੋਣ ਹੋਵੇਗੀ। ਪੱਛਮੀ ਬੰਗਾਲ ਦੇ ਰਾਏਗੰਜ, ਰਾਣਾਘਾਟ ਦੱਖਣੀ ਅਤੇ ਬਾਗੜਾ ਅਤੇ ਮਣੀਕਤਾਲਾ, ਇਹਨਾਂ ਵਿਧਾਨ ਸਭਾ ਸੀਟਾਂ 'ਤੇ ਮੁੜ ਤੋਂ ਚੋਣਾਂ ਹੋਣਗੀਆਂ। ਤਮਿਲਨਾਡੂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਵਿਕਰਾਵੰਡੀ ਵਿਧਾਨ ਸਭਾ ਸੀਟ ਲਈ ਮੁੜ ਤੋਂ ਜ਼ਿਮਨੀ ਚੋਣ ਹੋਵੇਗੀ। ਮੱਧ ਪ੍ਰਦੇਸ਼ ਦੇ ਵਿੱਚ ਅਮਰਵਾਰਾ ਥਾਂ ਜਿੱਥੇ ਮੁੜ ਤੋਂ ਜ਼ਿਮਨੀ ਚੋਣ ਹੋਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਉੱਤਰਾਖੰਡ ਦੀ, ਜਿੱਥੇ ਬਦਰੀਨਾਥ ਅਤੇ ਮੈਂਗਲੁਰੂ ਵਿਧਾਨ ਸਭਾ ਸੀਟਾਂ 'ਤੇ ਵੀ ਮੁੜ ਤੋਂ ਜ਼ਿਮਨੀ ਚੋਣ ਹੋਵੇਗੀ। ਹਿਮਾਚਲ ਪ੍ਰਦੇਸ਼ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ 3 ਵਿਧਾਨ ਸਭਾ ਸੀਟਾਂ 'ਤੇ ਮੁੜ ਤੋਂ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਦੇਹਰਾ, ਹਮੀਰਪੁਰ ਅਤੇ ਨਾਲਾਗੜ੍ਹ, ਇਹਨਾਂ ਵਿਧਾਨ ਸਭਾ ਸੀਟਾਂ ਦੇ ਉੱਤੇ ਮੁੜ ਤੋਂ ਜ਼ਿਮਨੀ ਚੋਣ ਹੋਣ ਦਾ ਐਲਾਨ ਕਰ ਦਿੱਤਾ ਗਿਆ। ਤਾਂ ਗੱਲ ਕਰ ਰਿਹਾ ਕਿ ਬਹੁਤ ਸਾਰੇ ਵਿਧਾਇਕ ਇੱਦਾਂ ਨੇ ਜਿਨ੍ਹਾਂ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ, ਅਤੇ ਕੁਝ ਵਿਧਾਇਕ ਅਜਿਹੇ ਨੇ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਤਾਂ ਹੁਣ ਇਹਨਾਂ ਸੀਟਾਂ ਦੇ ਉੱਤੇ ਮੁੜ ਤੋਂ ਚੋਣਾਂ ਹੋਣ ਜਾ ਰਹੀਆਂ ਨੇ। ਤਾਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਵੀ ਨੋਟੀਫਿਕੇਸ਼ਨ ਜਾਰੀ ਕੀਤੀ ਗਿਆ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਨਾਮਜ਼ਦਗੀ ਭਰਨ ਦੀ ਆਖਰੀ ਤਰੀਕ 21 ਜੂਨ ਹੋਵੇਗੀ, ਜਦਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 24 ਜੂਨ ਨੂੰ ਕੀਤੀ ਜਾਵੇਗੀ। ਜਦਕਿ ਕਿਸੇ ਉਮੀਦਵਾਰ ਨੇ ਜੇਕਰ ਨਾਮਜ਼ਦਗੀ ਪੱਤਰ ਵਾਪਸ ਲੈਣਾ ਹੈ ਤਾਂ ਉਸਦੀ ਆਖਰੀ ਤਰੀਕ 26 ਜੂਨ ਹੋਵੇਗੀ। ਇਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ 10 ਜੁਲਾਈ ਨੂੰ ਇਹਨਾਂ ਸਾਰੀਆਂ ਸੀਟਾਂ ਦੇ ਉੱਤੇ ਚੋਣਾਂ ਹੋਣਗੀਆਂ, ਤਾਂ 13 ਜੁਲਾਈ ਨੂੰ ਨਤੀਜੇ ਐਲਾਨੇ ਜਾਣਗੇ। ਤਾਂ ਵੱਡੀ ਖਬਰ ਹੈ ਕਿ ਪੰਜਾਬ ਦੇ ਵਿੱਚ ਅਤੇ 7 ਸੂਬਿਆਂ ਦੇ ਵਿੱਚ ਮੁੜ ਤੋਂ ਜ਼ਿਮਨੀ ਚੋਣ ਹੋਣ ਜਾ ਰਹੀ ਹੈ, ਚੋਣ ਅਖਾੜਾ ਮੁੜ ਤੋਂ ਪਖੜਨ ਜਾ ਰਿਹਾ ਹੈ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ 4 ਹੋਰ ਸੀਟਾਂ ਅਜਿਹੀਆਂ ਨੇ ਜਿੱਥੇ ਮੁੜ ਜ਼ਿਮਨੀ ਚੋਣ ਹੋਵੇਗੀ, ਕਿਉਂਕਿ ਇੱਥੋਂ ਦੇ ਵਿਧਾਇਕ MP ਬਣ ਚੁੱਕੇ ਨੇ। ਗੱਲ ਕੀਤੀ ਜਾਵੇ ਗਿੱਦੜਬਾਹਾ ਦੀ, ਜਿੱਥੋਂ ਰਾਜਾ ਵੜਿੰਗ ਵਿਧਾਇਕ ਸਨ, ਪਰ ਹੁਣ ਰਾਜਾ ਵੜਿੰਗ ਲੁਧਿਆਣਾ ਤੋਂ ਲੋਕ ਸਭਾ ਸੀਟ ਜਿੱਤ ਕੇ ਸੰਸਦ ਦੇ ਵਿੱਚ ਪਹੁੰਚ ਚੁੱਕੇ ਨੇ। ਤਾਂ ਇਸ ਕਰਕੇ ਹੁਣ ਵਿਧਾਨ ਸਭਾ ਗਿੱਦੜਬਾਹਾ ਸੀਟ ਲਈ ਵੀ ਮੁੜ ਤੋਂ ਜ਼ਿਮਨੀ ਚੋਣ ਹੋਵੇਗੀ। ਇਸ ਤੋਂ ਬਾਅਦ ਗੱਲ ਕਰਦੇ ਹਾਂ ਡੇਰਾ ਬਾਬਾ ਨਾਨਕ ਦੀ, ਜਿੱਥੇ ਸੁਖਜਿੰਦਰ ਸਿੰਘ ਰੰਧਾਵਾ ਮੌਜੂਦਾ ਵਿਧਾਇਕ ਸਨ, ਪਰ ਸੁਖਜਿੰਦਰ ਸਿੰਘ ਰੰਧਾਵਾ ਵੀ MP ਬਣ ਚੁੱਕੇ ਨੇ। ਤਾਂ ਇਸ ਸੀਟ 'ਤੇ ਵੀ ਮੁੜ ਤੋਂ ਜ਼ਿਮਨੀ ਚੋਣ ਹੋਵੇਗੀ। ਅਤੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਹੁਸ਼ਿਆਰਪੁਰ ਦੀ, ਜਿੱਥੇ ਡਾਕਟਰ ਰਾਜਕੁਮਾਰ ਚੱਬੇਵਾਲ ਆਪ ਦੇ ਵਿਧਾਇਕ ਸਨ, ਪਰ ਉਹ ਵੀ ਹੁਸ਼ਿਆਰਪੁਰ ਤੋਂ ਜਿੱਤ ਚੁੱਕੇ ਨੇ, MP ਬਣ ਚੁੱਕੇ ਨੇ। ਤਾਂ ਇਹਨਾਂ ਸੀਟਾਂ ਦੇ ਉੱਤੇ ਵੀ ਜਲਦ ਜ਼ਿਮਨੀ ਚੋਣਾਂ ਹੋਣ ਦਾ ਐਲਾਨ ਹੋ ਸਕਦਾ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਬਰਨਾਲਾ ਸੀਟ ਦੀ, ਤਾਂ ਬਰਨਾਲਾ ਸੀਟ ਦੇ ਉੱਤੇ ਵੀ ਮੀਥੇਅਰ ਆਪ ਦੇ ਵਿਧਾਇਕ ਨੇ, ਪਰ ਉਹ ਸੰਗਰੂਰ ਤੋਂ MP ਬਣ ਚੁੱਕੇ ਨੇ। ਤਾਂ ਇਸ ਸੀਟ ਦੇ ਉੱਤੇ ਵੀ ਜ਼ਿਮਨੀ ਚੋਣ ਹੋਵੇਗੀ, ਪਰ ਫਿਲਹਾਲ ਸਿਰਫ ਇੱਕ ਸੀਟ 'ਤੇ ਜ਼ਿਮਨੀ ਚੋਣ ਹੋਣ ਦਾ ਐਲਾਨ ਹੋਇਆ ਪੰਜਾਬ ਦੀ ਜਲੰਧਰ ਪੱਛਮੀ ਦੀ, ਜਿੱਥੋਂ ਸ਼ੀਤਲ ਅੰਗੁਰਾਲ ਵਿਧਾਇਕ ਸਨ। ਪਹਿਲਾਂ ਉਹ ਆਪ ਦੇ ਵਿਧਾਇਕ ਸਨ, ਪਰ ਬਾਅਦ ਦੇ ਵਿੱਚ ਉਹ BJP ਦੇ ਵਿੱਚ ਸ਼ਾਮਲ ਹੋ ਗਏ। ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਅਤੇ ਉਹਨਾਂ ਦਾ ਅਸਤੀਫਾ ਵੀ ਮਨਜ਼ੂਰ ਹੋ ਗਿਆ ਸੀ। ਤਾਂ ਹੁਣ ਜਲੰਧਰ ਪੱਛਮੀ ਸੀਟ 'ਤੇ 10 ਜੁਲਾਈ ਨੂੰ ਵੋਟਾਂ ਪੈਣਗੀਆਂ।